ਹਾਂਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਵਲੌਗ ਦੇ ਵਿੱਚ ਛੇਤੀ ਛੇਤੀ ਜਾ ਕੇ ਤੁਸੀਂ ਸਾਡੇ ਚੈਨਲਾਂ ਨੂੰ ਫੋਲੋ ਜ਼ਰੂਰ ਕਰ ਲਓ ਸਬਸਕ੍ਰਾਈਬ ਕਰ ਲਓ ਸਾਡੇ ਚੈਨਲ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਹਨਾਂ ਬੱਚਿਆਂ ਲਈ ਅੱਜ ਦਾ ਵਲੌਗ ਲੈ ਕੇ ਆਏ ਅਸੀਂ ਕਲਗੀ ਤਰਗਤ ਕਾ ਖਾੜਾ ਭਰਾਂ ਛੱਤ ਦੇ ਵਿਦਿਆਰਥੀ ਜੋ ਕਿ ਵਿਦਿਆਰਥੀ ਬਹੁਤ ਮਿਹਨਤ ਕਰਦੇ ਨੇ ਜੀ ਇੱਥੇ ਤੇ ਮਿਹਨਤ ਕਰਨ ਤੋਂ ਬਾਅਦ ਹੀ ਬੱਚਿਆਂ ਨੂੰ ਮੁਕਾਮ ਮਿਲਦੇ ਨੇ ਐਸੀ ਗੱਲ ਨਹੀਂ ਹੈਗੀ ਕਿ ਮੁਕਾਮ ਕਿਸੇ ਬੱਚੇ ਨੂੰ ਨਹੀਂ ਮਿਲਦੇ ਜਿਹੜੇ ਜੂਨੀਅਰ ਬੱਚੇ ਸੀ ਆਪਣੀ ਪ੍ਰੈਕਟਿਸ ਕਰ ਰਹੇ ਸੀਗੇ ਸੀਨੀਅਰ ਬੱਚੇ ਆਪਣੇ ਖੜੇ ਚ ਖੜ ਕੇ ਆਪਣੇ ਡੈਮੋ ਦੀ ਪ੍ਰੈਕਟਿਸ ਕਰ ਰਹੇ ਸੀਗੇ ਜੋ ਕਿ ਦੇਖੋ ਬੱਚਿਆਂ ਨੇ ਕਾਮਯਾਬਤਾ ਹੋ ਹੀ ਜਾਣਾ ਹੁੰਦਾ ਕਿਉਂਕਿ ਇਹਨਾਂ ਦੀ ਏਜ ਹੁੰਦੀ ਹੈ ਇੱਕ ਉਮਰ ਹੁੰਦੀ ਹੈ ਕਿ ਹਾਂ ਅਸੀਂ ਕਾਮਯਾਬ ਹੋਣਾ ਹੈ ਇਹ ਸੋਚਣਾ ਉਹਨਾਂ ਦੁਨੀਆਵੀ ਲੋਕਾਂ ਦਾ ਵੀ ਹਾਂ ਬੱਚਿਆਂ ਦੀ ਉਮਰ ਸਿੱਖਣ ਦੀ ਹੁੰਦੀ ਹੈ ਨਹੀਂ ਵੱਡੀਆਂ ਭੈਣਾਂ ਨੂੰ ਵੀ ਜ਼ਰੂਰ ਸਿੱਖਣਾ ਚਾਹੀਦਾ ਸ਼ਸਤਰਤਾਰੀ ਹੋਣਾ ਚਾਹੀਦਾ ਹੈ ਤੇ ਵੱਡੇ ਭਰਾਵਾਂ ਨੂੰ ਵੀ ਜਰੂਰ ਸਿੱਖਣਾ ਚਾਹੀਦਾ ਸ਼ਸਤਰ ਧਾਰੀ ਹੋਣ ਵਾਸਤੇ ਸ਼ਸਤਰ ਵਿਦਿਆ ਸਿੱਖਣ ਵਾਸਤੇ ਕੋਈ ਉਮਰ ਦਾ ਲੋੜ ਨਹੀਂ ਹੁੰਦੀ ਇਹ ਕੋਈ ਸਕੂਲ ਨਹੀਂ ਹੈਗਾ ਵੀ ਹਾਂ ਵੀ ਤੁਸੀਂ ਸਕੂਲ ਤਾਂ ਹੈਗਾ ਵਾਜਾਂ ਵਾਲਿਆਂ ਦਾ ਪਰ ਉਸ ਤਰ੍ਹਾਂ ਦੁਨਿਆਵੀ ਤਰ੍ਹਾਂ ਦਾ ਸਕੂਲ ਨਹੀਂ ਹੈਗਾ ਵੀ ਤੁਸੀਂ ਇੱਥੇ ਆਉਂਗੇ ਤਾਂ ਤੁਸੀਂ ਮਤਲਬ ਸਿੱਖ ਪਾਉਂਗੇ ਕਿ ਨਹੀਂ ਇਹ ਤਾਂ ਬੱਚਿਆਂ ਦਾ ਕੰਮ ਹੈ ਨਹੀਂ ਸਾਰੀਆਂ ਭੈਣਾਂ ਨੂੰ ਸੈਲਫ ਡਿਫੈਂਸ ਦੀ ਲੋੜ ਹੈ ਦੇਖੋ ਕਿਵੇਂ ਮਿਹਰਤ ਕਰਦੇ ਨੇ ਬੱਚੇ ਡਿੱਗਦੇ ਵੀ ਨੇ ਸੱਟਾਂ ਵੀ ਖਾਂਦੇ ਨੇ ਤੇ ਤਾਂ ਜਾ ਕੇ ਇਹ ਪਲੇਅਰ ਬਣਦੇ ਨੇ ਵਧੀਆ ਗੱਪਕੇ ਦੇਤੇ ਮਹਾਰਾਜ ਜਨਨ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤਰੱਕੀਆਂ ਬਖਸ਼ਣ ਜਿੱਤ ਕੇ ਆਉਣ ਜਿੱਥੇ ਜਾਣ ਬੱਚੇ ਬਹੁਤ ਹੀ ਮਿਹਨਤ ਕਰਦੇ ਨੇ ਤੇ ਤੁਹਾਨੂੰ ਦੱਸ ਦੇਣਾ ਚਾਹੀਏ ਹਰ ਵੀਡੀਓ ਹਰ ਵਲੌਗ ਦੇ ਵਿੱਚ ਮੈਂ ਜਰੂਰ ਬੇਨਤੀ ਕਰਦਾ ਆਪਣੀਆਂ ਧੀਆ ਪੈਣਾ ਨੂੰ ਜਰੂਰ ਸ਼ਸਤਰ ਵਿਦਿਆ ਸਿਖਾਓ ਮੋਮਬਤੀਆਂ ਤੇ ਧਰਨਿਆਂ ਨਾਲ ਕਦੇ ਵੀ ਇਨਸਾਫ ਨਹੀਂ ਮਿਲਿਆ ਕਰਦੇ ਫਿਰ ਤੁਸੀਂ ਯਾਦ ਕਰਦੇ ਹੋ ਜੀ ਬਾਬਾ ਜੀ ਸਾਡੀ ਧੀ ਨੂੰ ਐ ਹੋ ਗਿਆ ਬਾਬਾ ਜੀ ਐ ਹੋ ਗਿਆ ਫਿਰ ਬਾਬੇ ਜਦੋਂ ਆ ਕੇ ਖੜ ਜਣ ਫਿਰ ਤੁਸੀਂ ਕਿਨਾਂ ਕਹਿੰਦੇ ਨਾਲ ਸਾਥ ਵੀ ਨਹੀਂ ਦਿੰਦੇ ਸਮਰਪ੍ਰੀਤ ਬਹੁਤ ਲੰਮੇ ਸਮੇਂ ਬਾਅਦ ਅਖਾੜੇ ਚ ਆਇਆ ਸੀਗਾ ਤੇ ਉਹਦਾ ਸਵਾਗਤ ਕਰ ਰਹੇ ਸੀਗੇ ਆਲੂ ਖਵਾ ਕੇ ਆਲੂ ਪਏ ਸੀਗੇ ਸਾਹਮਣੇ ਤੇ ਦਵਿੰਦਰ ਨੇ ਆਲੂ ਨਾਰੀਅਲ ਵਾਂਗੂ ਥੱਲੇ ਭੰਨਿਆ ਤੇ ਕਹਿੰਦਾ ਲੋ ਜੀ ਸਵਾਗਤ ਕਰਤਾ ਸੀ ਤੇ ਇਦਰੋ ਛੋਟੀ ਕੁੜੀਆ ਵੀ ਕਹਿੰਦੀ ਕਹਿੰਦੀ ਮੈਂ ਸ਼ਸਤਰ ਸਿੱਖਣਾ ਵਾ ਚਲਾਉਣਾ ਮੈਂ ਕਹਾਂ ਤੂੰ ਵੱਡੀ ਹੋ ਜਾ ਥੋੜੀ ਜੀ ਕਹਦੀ ਨਹੀਂ ਮੈਂ ਹੁਣੇ ਹੀ ਚਲਾਉਣਾ ਸਿੱਖਣਾ ਮੈਂ ਸਿੱਖ ਲਾ ਫਿਰ ਤੇ ਫਿਰ ਅਪੜੀਆਂ ਵੱਡੀ ਭੈਣ ਦੇ ਸੋਟੀਆਂ ਮਾਰੀਆਂ ਨੇ ਤੇ ਚਲੋ ਇਹ ਵੀ ਇੱਕ ਹਿੱਸਾ ਹੁੰਦਾ ਜੀ ਦੇਖੋ ਹੱਸਣਾ ਵੀ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਮੈਂ ਦੁਬਾਰਾ ਫਿਰ ਬੇਨਤੀ ਕਰਦਾ ਜਿਹੜੇ ਬੱਚੇ ਨਹੀਂ ਆਉਂਦੇ ਸਿੱਖਣੋ ਜਰੂਰ ਆਇਆ ਕਰੋ ਤੇ ਜਰੂਰ ਸਾਡੇ ਵਲੌਗ ਨੂੰ ਤੁਸੀਂ ਪਿਆਰ ਦਿਆ ਕਰੋ ਜਿਸ ਤਰ੍ਹਾਂ ਬਹੁਤ ਪਿਆਰ ਦਿੰਨੇ ਹੋ ਤੇ ਸ਼ੇਅਰ ਕਰ ਦਿਆ ਕਰੋ ਹਰ ਇੱਕ ਗਰੁੱਪ ਦੇ ਵਿੱਚ ਹਰ ਇੱਕ ਮਤਲਬ ਸੋਸ਼ਲ ਮੀਡੀਆ ਤੇ ਤੁਸੀਂ ਸ਼ੇਅਰ ਕਰ ਜਰੂਰ ਕਰ ਦਿਆ ਕਰੋ ਵਧੀਆ ਵਲੌਗ ਲੈ ਕੇ ਵਧੀਆ ਵੀਡੀਓ ਲੈ ਕੇ ਅਸੀਂ ਫਿਰ ਮਿਲਦੇ ਰਹਾਂਗੇ ਜੀ ਇਸ ਤੋਂ ਬਾਅਦ ਬੱਚੇ ਸਮਾਪਤੀ ਵੱਲ ਹੋ ਗਏ ਸੀਗੇ ਜੀ ਅਖਾੜੇ ਦੀ ਸਮਾਪਤੀ ਵਧੀਆ ਲਾਈਟਾਂ ਲੱਗੀਆਂ ਦੇਖੋ ਤੁਸੀਂ ਕਿਵੇਂ ਦਿਨ ਚੜ੍ਹਿਆ ਆਇਆ ਸੀ ਇੱਥੇ ਵਧੀਆ ਮਿਹਨਤ ਕਰਦੇ ਨੇ ਬੱਚੇ ਤੇ ਪੂਰਾ ਪ੍ਰਬੰਧਕ ਸਾਥ ਦਿੰਦੇ ਨੇ ਜੀ ਅਖਾੜੇ ਦੀ ਕਮੇਟੀ ਵਾਲੇ ਜਿਹੜੇ ਸਾਡੇ ਵੀਰ ਨੇ ਸਾਰੇ ਬਹੁਤ ਸਾਥ ਦਿੰਦੇ ਨੇ ਬਹੁਤ ਜ਼ਿਆਦਾ ਬੱਚੇ ਮਿਹਨਤ ਕਰਦੇ ਨੇ ਤੇ ਪ੍ਰਾਪਤੀਆਂ ਵੀ ਹਾਸਲ ਕਰਦੇ ਨੇ ਇਸ ਤੋਂ ਬਾਅਦ ਫਿਰ ਮਿਲਦੇ ਆ ਜੀ ਅਗਲੇ ਵਲੌਗ ਦੇ ਵਿੱਚ ਜੀ ਜਰੂਰ ਤੁਸੀਂ ਸ਼ੇਅਰ ਕਰ ਦਿਓ ਜੀ ਫੋਲੋ ਜਰੂਰ ਕਰ ਲਿਓ ਸਾਡੇ ਚੈਨਲਾਂ ਨੂੰ ਫਿਰ ਮਿਲਦੇ ਆ ਜੀ ਵਧੀਆ ਵਲੌਗ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ